ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੀਡੀਓ ਦੇਖਣ ਵਾਲਿਆਂ ਨੂੰ। ਆਸ ਕਰਦਾ ਸਾਰੇ ਠੀਕ ਹੋਵੋਗੇ। ਸੋ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਦੱਸਣ ਜਾ ਰਿਹਾ ਕਿ ਡਰੈਗਨ ਫਰੂਟ ਦੀ ਖੇਤੀ ਦੇ ਫਾਇਦੇ ਅਤੇ ਨੁਕਸਾਨ। ਤੁਸੀਂ ਫਾਇਦੇ ਤਾਂ ਅਨੇਕਾਂ ਹੀ ਸੁਣੇ ਹੋਣਗੇ ਕਿ ਲੱਖਾਂ ਰੁਪਏ ਕਮਾ ਰਹੇ ਕਿਸਾਨ, ਪਰ ਮੈਨੂੰ ਲੱਗਦਾ ਕਿਸਾਨਾਂ ਨੂੰ ਜਿਹੜੇ ਨਵੇਂ ਆ ਰਹੇ ਉਹਨਾਂ ਨੂੰ ਨੁਕਸਾਨ ਜਾਣਨ ਦੀ ਵੀ ਜ਼ਰੂਰਤ ਹੈਗੀ ਹੈ। ਸੋ ਜਿਹਨਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲੈਣ, ਵੀਡੀਓ ਬਹੁਤ ਹੀ ਜਾਣਕਾਰੀ ਭਰਪੂਰ ਹੋ ਸਕਦੀ ਹੈ ਤੁਹਾਡੇ ਲਈ। ਸੋ ਐਂਡ ਤੱਕ ਜ਼ਰੂਰ ਦੇਖਿਓ, 5-7 ਮਿੰਟ ਦੀ ਵੀਡੀਓ ਹੋਊਗੀ ਮੈਨੂੰ ਲੱਗਦਾ। ਸੋ ਅਸੀਂ ਸਭ ਤੋਂ ਪਹਿਲਾਂ ਜਾਣਦੇ ਹਾਂ ਕਿ ਫਾਇਦੇ ਕੀ ਨੇ। ਤੁਸੀਂ ਸਾਰਿਆਂ ਨੇ ਯੂਟਿਊਬ 'ਤੇ ਵੀਡੀਓਜ਼ ਵਗੈਰਾ ਦੇਖੀਆਂ ਹੋਣਗੀਆਂ ਕਿ ਕਿੱਲਿਆਂ ਦੇ ਕਿੱਲੇ ਲੱਗੇ ਹੋਏ ਨੇ, ਲੱਖਾਂ ਰੁਪਏ ਕਮਾ ਰਹੇ ਨੇ ਕਿਸਾਨ। ਠੀਕ ਹੈ, ਇੱਕ ਰੋਇਲ ਫਾਰਮਿੰਗ ਦੀ ਤਰ੍ਹਾਂ ਵੀ ਇਹਨੂੰ ਦੇਖਿਆ ਜਾ ਸਕਦਾ, ਅਤੇ ਬਹੁਤ ਐਗਜ਼ੋਟਿਕ ਫਰੂਟ ਹੈ ਅਤੇ ਮਹਿੰਗਾ ਫਰੂਟ ਹੈ ਥੋੜ੍ਹਾ ਜਿਹਾ, ਜਿਹਦੇ ਕਰਕੇ ਆਸਾਨੀ ਨਾਲ ਮਤਲਬ ਕਿ ਵਧੀਆ ਅਮਾਊਂਟ 'ਤੇ ਪੈਸੇ ਮਿਲ ਸਕਦੇ ਸਨ। ਸੋ ਅਨੇਕਾਂ ਹੀ ਫਾਇਦੇ ਤੁਸੀਂ ਵੀਡੀਓਜ਼ 'ਤੇ ਵੀ ਦੇਖੇ ਹੋਣਗੇ ਅਤੇ ਤੁਹਾਨੂੰ ਤੁਸੀਂ ਜਾਣਦੇ ਹੋਵੋਗੇ, ਬਟ ਮੈਂ ਅੱਜ ਥੋੜ੍ਹੇ ਜਿਹੇ ਜੋ ਕਿ ਮੈਨੂੰ ਲੱਗਦਾ ਕਿ ਇਸ ਬਾਰੇ ਵੀ ਵਿਚਾਰ ਹੋਣੀ ਚਾਹੀਦੀ ਹੈ, ਗੱਲਾਂ ਹੋਣੀਆਂ ਚਾਹੀਦੀਆਂ। ਸੋ ਨੁਕਸਾਨ ਦੇ ਉੱਤੇ ਵੀ ਮੈਂ ਥੋੜ੍ਹਾ ਜਿਹਾ ਗੱਲ ਕਰਾਂਗਾ ਕਿ ਆਪਾਂ ਨੁਕਸਾਨ ਕੀ ਚੱਲਦੇ ਹੈਗੇ ਕਿਸਾਨ ਲੋਕ। ਜਦੋਂ ਮੈਨੂੰ ਲੱਗਦਾ ਕਿ ਅਗਰ ਕੋਈ ਕਿਸਾਨ ਡਰੈਗਨ ਫਰੂਟ ਦੀ ਖੇਤੀ ਜਾਂ ਕਿਸੇ ਹੋਰ ਕਹਿ ਸਕਦੇ ਹੋ ਕਿ ਬਾਗਬਾਨੀ ਕਿਸੇ ਹੋਰ ਫਰੂਟ ਦੀ ਖੇਤੀ ਕਰਨਾ ਚਾਹੁੰਦਾ ਹੈ, ਤਾਂ ਮੈਨੂੰ ਲੱਗਦਾ ਕਿ ਪਹਿਲੇ ਉਹਨੂੰ ਉਹਦੇ ਨੁਕਸਾਨ ਅਤੇ ਫਾਇਦੇ ਦੋਨੋਂ ਦੇਖ ਲੈਣੇ ਚਾਹੀਦੇ। ਘੱਟੋ ਘੱਟ ਉਹਨੂੰ 2-3 ਜਾਂ 4 ਫਾਰਮ ਵਿਜ਼ਿਟ ਕਰਨੇ ਚਾਹੀਦੇ ਹੈ, ਉਹ ਫਾਰਮਰ ਦੀ, ਉਹ ਕਿਸਾਨਾਂ ਦੀ ਜਿਹੜੀ ਰਾਏ ਹੈ ਜ਼ਰੂਰ ਲੈਣੀ ਚਾਹੀਦੀ ਹੈ। ਜੇ ਆਪਾਂ ਕੀ ਕਰਦੇ ਹੈਗੇ ਹਾਂ ਕਿ ਇੱਕ ਅੱਧੇ ਕਿਸਾਨਾਂ ਕੋਲ ਜਾਂਦੇ ਹਾਂ, ਫਾਰਮ 'ਤੇ ਜਾਂਦੇ ਹਾਂ, ਉਹ ਕੋਲ ਦੇਖਦੇ ਹਾਂ ਕੀ ਹਿਸਾਬ ਕਿਤਾਬ ਹੈ, ਅਤੇ ਫਿਰ ਆਪਾਂ ਉੱਥੋਂ ਲੈ ਕੇ ਅਤੇ ਪੌਦੇ ਲੈ ਕੇ ਅਕਸਰ ਅਤੇ ਲਾਉਣਾ ਸ਼ੁਰੂ ਕਰ ਦਿੰਦੇ, ਅਤੇ ਬਾਅਦ ਸਾਨੂੰ ਬਹੁਤ ਹੀ ਨੁਕਸਾਨ ਝੱਲਣੇ ਪੈਂਦਾ। ਸੋ ਸਭ ਤੋਂ ਪਹਿਲਾਂ ਕਿ ਕਈ ਵਾਰੀ ਆਪਾਂ ਅਣਜਾਣ ਹੁੰਦੇ ਹਾਂ ਅਤੇ ਬੂਟੇ ਗਲਤ ਲੈ ਲੈਂਦੇ ਹਾਂ, ਜਾਂ ਸਾਡੇ ਜਿਹੜੇ ਕੋਲ ਬੂਟੇ ਲੈਂਦੇ ਉਹਨਾਂ ਜਿਹੜਾ ਮਦਰ ਪਲਾਂਟ ਹੁੰਦਾ ਉਹ 1.5-2 ਸਾਲਾਂ ਦਾ ਹੁੰਦਾ ਜਾਂ 2.5-3 ਸਾਲਾਂ ਤੋਂ ਘੱਟ ਦਾ ਹੁੰਦਾ, ਜਿਹਦੇ ਕਰਕੇ ਬੂਟੇ ਬਹੁਤ ਦੇਰ ਬਾਅਦ ਚੱਲਦੇ ਆ ਅਤੇ ਸਾਨੂੰ ਉਹਦਾ ਵੀ ਨੁਕਸਾਨ ਝੱਲਣਾ ਪੈਂਦਾ। ਫਿਰ ਕਈ ਕਹਿੰਦੇ ਆ ਕਿ ਇਹਨੂੰ ਬਿਮਾਰੀਆਂ ਬਹੁਤ ਘੱਟ ਲੱਗਦੀਆਂ ਜਾਂ ਕਿੱਦਾਂ ਵੀ ਹੈ ਨਾ, ਤਾਂ ਸਭ ਤੋਂ ਵੱਡਾ ਇਹਦਾ ਬਿਮਾਰੀ ਹੈਗੀ ਹੈ ਜਿਹਨੂੰ ਕਹਿ ਸਕਦੇ ਹੋ ਕਿ ਫੰਗਸ ਉੱਲੀ ਪੰਜਾਬੀ 'ਚ, ਇਹ ਕੈਂਸਰ ਦੀ ਤਰ੍ਹਾਂ ਕੰਮ ਕਰਦੀ ਹੈ ਜੀ। ਆਪਾਂ ਕੀ ਕਹਿੰਦੇ ਉਹਨੂੰ ਅਣਦੇਖਿਆ ਕਰਕੇ ਅਤੇ ਫਾਰਮ ਲਗਾ ਲੈਂਦੇ ਹਾਂ, ਆਪਾਂ ਬੂਟੇ ਲਗਾ ਲੈਂਦੇ ਹਾਂ, ਜਿਹਦੇ ਕਰਕੇ ਸਾਨੂੰ ਬਾਅਦ ਵਿੱਚ ਪਤਾ ਨਹੀਂ ਚੱਲਦਾ ਕਿ ਫੰਗਸ ਦੀ ਸ਼ੁਰੂਆਤ ਕਦੋਂ ਹੋ ਰਹੀ ਹੈ, ਸਾਨੂੰ ਸਪਰੇਅ ਕਿਹਦੀ ਕਰਨੀ ਹੈ, ਕਦੋਂ ਕਰਨੀ ਹੈ, ਉਸ ਬਾਰੇ ਨਹੀਂ ਪਤਾ ਚੱਲਦਾ। ਸੋ ਸਾਨੂੰ ਇਸ ਗੱਲ 'ਤੇ ਵੀ ਬਹੁਤ ਧਿਆਨ ਦੇਣਾ ਚਾਹੀਦਾ। ਸੋ ਕਈ ਵਾਰੀ ਕੀ ਹੁੰਦਾ ਕਿ ਆਪਾਂ ਲਗਾ ਲੈਂਦੇ ਹਾਂ, ਸਾਨੂੰ ਪਤਾ ਨਹੀਂ ਚੱਲਦਾ, ਜਦੋਂ ਪੂਰੇ ਦੇ ਪੂਰੇ ਹੀ ਫਾਰਮ ਨਾਲ ਫੰਗਸ ਦਾ ਅਟੈਕ ਹੋ ਜਾਂਦਾ ਅਤੇ ਪੂਰੇ ਦੇ ਕਿੰਨਿਆਂ ਦਾ ਪੂਰਾ ਫਾਰਮ ਕੀ ਕਹਿੰਦੇ ਆ ਕਿ ਜਿਹਨੂੰ ਕਹਿੰਦੇ ਕਿ ਖਤਮ ਹੋ ਜਾਂਦਾ, ਅਤੇ ਹਜ਼ਾਰਾਂ ਰੁਪਏ ਦੇ ਹਿਸਾਬ ਨਾਲ ਕਿਸਾਨ ਨੂੰ ਬੂਟੇ ਪਏ ਹੁੰਦੇ, ਪੋਲ ਪਏ ਹੁੰਦੇ ਆ, ਠੀਕ ਹੈ, ਉਹਨਾਂ ਦੀ ਜਿਹੜੀ ਫਸਲਾਂ ਮਰੀਆਂ ਹੁੰਦੀਆਂ ਵਿੱਚ, ਅਤੇ ਉਹਦਾ ਨੁਕਸਾਨ ਝੱਲਣਾ ਪੈਂਦਾ, ਅਤੇ ਉਹਦੇ ਉਹ ਚੀਜ਼ਾਂ 'ਤੇ ਸਾਨੂੰ ਗੌਰ ਕਰਨਾ ਚਾਹੀਦਾ। ਸੋ ਸਾਨੂੰ ਠੀਕ ਹੈ, ਔਰਗੈਨਿਕ ਖੇਤੀ ਕਰਨੀ ਚਾਹੀਦੀ ਹੈ, ਬਟ ਮੈਨੂੰ ਲੱਗਦਾ ਕਿ ਆਪਾਂ ਅਗਰ ਅਚਾਨਕ ਆਪਾਂ ਸ਼ਿਫਟ ਹੋਈਏ ਔਰਗੈਨਿਕ 'ਤੇ, ਸਾਨੂੰ ਨੁਕਸਾਨ ਝੱਲਣਾ ਜ਼ਿਆਦਾ ਝੱਲਣਾ ਪੈ ਸਕਦਾ। ਸੋ ਆਪਾਂ ਸਾਨੂੰ ਮੈਨੂੰ ਲੱਗਦਾ ਜਿਸ ਤਰ੍ਹਾਂ ਚਾਹੀਦਾ ਕਿ ਥੋੜ੍ਹਾ ਥੋੜ੍ਹਾ ਕਰਕੇ ਹੌਲੀ ਹੌਲੀ ਸ਼ਿਫਟ ਕਰਨਾ ਚਾਹੀਦਾ ਔਰਗੈਨਿਕ 'ਤੇ, ਤਾਂ ਜੋ ਸਾਨੂੰ ਨੁਕਸਾਨ ਘੱਟ ਝੱਲਣਾ ਪਏ। ਅਤੇ ਉਸ ਤੋਂ ਬਾਅਦ ਆਉਂਦਾ ਕਿ ਸਭ ਤੋਂ ਮੇਨ ਜਿਹੜਾ ਸਾਨੂੰ ਹੁੰਦਾ, ਆਪਾਂ ਫਾਰਮ ਲਾ ਲਿਆ, ਵਧੀਆ ਹੈਂਡਲ ਕਰ ਲਿਆ, ਸਭ ਕੁਝ ਕਰ ਲਿਆ, ਪ੍ਰੋਡਕਸ਼ਨ ਵਧੀਆ ਆ ਗਈ, ਮੇਨ ਹੈ ਮਾਰਕੀਟਿੰਗ। ਫਿਰ ਜਦੋਂ ਪ੍ਰੋਡਕਸ਼ਨ ਹੋ ਗਈ, ਕਿਸਾਨਾਂ ਨੂੰ ਸਾਡੇ ਵਰਗਿਆਂ ਨੂੰ ਪਤਾ ਨਹੀਂ ਚੱਲਦਾ
ਕਿ ਆਪਾਂ ਵੇਚਣਾ ਕਿੱਥੇ, ਕਿਹਨੂੰ ਵੇਚਣਾ, ਅਤੇ ਉਹਦੇ ਕਰਕੇ ਸਾਨੂੰ ਕਹਿੰਦੇ ਜਿਹੜੇ ਆਪਣੇ ਰੇਹੜੀਆਂ ਵਾਲੇ ਕੋਲ ਜਾਣੇ ਪੈਂਦਾ, ਕਿੰਨੇ ਰੁਪਏ ਭਾਅ ਜੀ 40 ਰੁਪਏ ਲਵਾਂਗੇ ਇੱਕ ਪੀਸ ਦਾ। ਸੋ ਜਿੱਥੇ ਫਰੂਟ ਦੀ ਕੀਮਤ ਉਹ ਅੱਗੇ 100 ਰੁਪਏ ਕਰਕੇ ਵੇਚਦੇ, ਉਹੀ ਸਾਨੂੰ ਉਹ ਸਾਡੇ ਕੋਲੋਂ 30-40 ਰੁਪਏ 50 ਰੁਪਏ ਤਾਂ ਲੈ ਰਹੇ, ਦੁੱਗਣੇ ਰੇਟ 'ਤੇ ਵੇਚ ਰਹੇ ਆ। ਸੋ ਉਹਦਾ ਸਾਨੂੰ ਨੁਕਸਾਨ ਹੈ। ਮਾਰਕੀਟਿੰਗ ਸਾਨੂੰ ਕਰਨੀ ਆਉਣੀ ਚਾਹੀਦੀ ਹੈ, ਸਾਨੂੰ ਖੇਤੀ ਨੂੰ ਸਮਝਣਾ ਪੈਣਾ। ਅਸੀਂ ਸਮਝਦੇ ਨਹੀਂ, ਅਸੀਂ ਬਸ ਇੱਕ ਦੂਜੇ ਕੋਲ ਗਿਆਨ ਲੈ ਕੇ ਬਸ ਥੋੜ੍ਹਾ 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 ਕਰਕੇ ਅਤੇ ਸ਼ੁਰੂ ਕਰ ਦਿੰਦੇ ਹਾਂ, ਜਿਹਦੇ ਕਰਕੇ ਸਾਨੂੰ ਬਹੁਤ ਹੀ ਖਮਿਆਜੇ ਭੁਗਤਣੇ ਪੈਂਦੇ ਆ। ਆਪਾਂ ਦੇਖਿਆ ਨਹੀਂ ਕਿ ਇਹਨੂੰ ਬਿਮਾਰੀ ਕਿਹੜੀ ਲੱਗਦੀ, ਪੜ੍ਹਿਆ ਨਹੀਂ, ਸਮਝਿਆ ਨਹੀਂ, ਇਹਨੂੰ ਆਪਾਂ ਕਹਿੰਦੇ ਕਿ ਰੂੜੀ ਪੈਂਦੀ ਆ, ਇਹਦੀ ਹੋਰ ਜਿਹੜੀਆਂ ਜ਼ਰੂਰਤਾਂ ਪੂਰੀਆਂ ਨਹੀਂ ਕੀਤੀਆਂ, ਜਿਹਦੇ ਕਰਕੇ ਹੁਣ ਦੇਖੋ ਕੋਈ ਵੀ ਪਲਾਂਟ ਹੈ ਬਿਮਾਰ ਉਦੋਂ ਹੋਊਗਾ ਜਦੋਂ ਉਹਨੂੰ ਉਦੋਂ ਖਾਜਾ ਪੋਜਾ ਜਾਂ ਉਹਨੂੰ ਉਹਦੇ ਨਿਊਟ੍ਰੈਂਟਸ ਨਹੀਂ ਮਿਲਣਗੇ। ਸੋ ਸਾਨੂੰ ਉਸ ਚੀਜ਼ ਲਈ ਵੀ ਬਹੁਤ ਧਿਆਨ ਦੇਣਾ ਪੈਂਦਾ ਕਿ ਆਪਾਂ ਪਲਾਂਟ ਨੂੰ ਕੀ ਦੇਣਾ, ਕਿਸ ਟਾਈਮ 'ਤੇ ਦੇਣਾ, ਕਦੋਂ ਕਦੋਂ ਦੇਣਾ, ਤਾਂ ਜੋ ਸਾਡੇ ਬੂਟੇ ਨੂੰ ਉਹਦੀ ਜੋ ਲੋੜ ਉਹ ਪੂਰੀ ਉਹਦੀ ਲੋੜਵੰਦ ਪੂਰੀ ਹੁੰਦੀ ਰਹੇ। ਸੋ ਇਹ ਚੀਜ਼ਾਂ ਨੇ ਜਿਹੜੀਆਂ ਸਾਨੂੰ ਬਹੁਤ ਹੀ ਧਿਆਨਯੋਗ ਨੇ। ਆਪਾਂ ਮੈਨੂੰ ਲੱਗਦਾ ਕਿ ਸਾਨੂੰ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹੈਗੀਆਂ, ਸਾਨੂੰ ਖੇਤੀ ਨੂੰ ਸਮਝਣਾ ਚਾਹੀਦਾ ਕਿ ਕਿਹੜੇ ਤੱਤ ਦਾ ਕੀ ਮਹੱਤਵ ਹੈ, ਕਦੋਂ ਦੇਣਾ ਚਾਹੀਦਾ। ਸੋ ਜਦੋਂ ਤੱਕ ਆਪਾਂ ਖੇਤੀ ਨੂੰ ਸਮਝਾਂਗੇ ਨਹੀਂ, ਹੈ ਨਾ, ਕਿਤਾਬਾਂ ਨਹੀਂ ਪੜ੍ਹਾਂਗੇ, ਜਦੋਂ ਤੱਕ ਆਪ ਨਹੀਂ ਆਪਾਂ ਉਹਨਾਂ ਨੂੰ ਫਰੋਲਾਂਗੇ, ਆਪ ਨਹੀਂ ਕਿਸੇ ਜਾਣਕਾਰੀ ਹਾਸਿਲ ਕਰਾਂਗੇ, ਉਦੋਂ ਤੱਕ ਸਾਨੂੰ ਨਹੀਂ ਪਤਾ ਚੱਲਦਾ। ਹੁਣ ਤੁਸੀਂ ਦੇਖੋਗੇ ਕਿ ਕਿੰਨੇ ਹੀ ਫਾਰਮ ਲੱਗੇ ਹੋਏ ਆ ਜਿਹੜੇ 5-5, 6-6 ਸਾਲਾਂ ਤੋਂ ਚੱਲਦੇ ਪਏ, ਬਹੁਤ ਹੀ ਮੁਨਾਫਾ ਕਮਾ ਰਹੇ ਆ। ਤੁਹਾਨੂੰ ਉਹ ਮੁਨਾਫਾ ਹੁਣ ਦੇਖ ਰਿਹਾ, ਬਟ ਉਹਨਾਂ ਨੇ ਜੋ ਪਹਿਲਾਂ ਖਮਿਆਜੇ ਭੁਗਤੇ, ਨੁਕਸਾਨ ਝੱਲੇ ਹੈਗੇ ਆ, ਉਹਨਾਂ ਨੇ ਉਹ ਥੋੜ੍ਹਾ ਘੱਟ ਦੱਸਦੇ ਹੈਗੇ ਕਿ ਨੁਕਸਾਨ 'ਚ ਕਈਆਂ ਨੇ ਤਾਂ ਪੂਰਾ ਫਾਰਮ ਖਤਮ ਕੀਤਾ, ਬੂਟੇ ਗਲਤ ਮਿਲ ਗਏ, ਗਲਤ ਟਾਈਮ 'ਤੇ ਲਗਾ ਤੇ ਜਾਂ ਕੁਝ ਵੀ ਹੈਗਾ, ਬਹੁਤ ਬੂਟੇ ਮਰ ਗਏ ਉਹਨਾਂ ਦੇ। ਸੋ ਸਾਨੂੰ ਪਹਿਲਾਂ ਪੂਰੀ ਜਾਣਕਾਰੀ ਹਾਸਿਲ ਕਰ ਲੈਣੀ ਚਾਹੀਦੀ ਹੈ, ਸਾਨੂੰ ਪੂਰਾ ਉੱਥੇ ਕੋਈ ਵੀ, ਤੁਹਾਨੂੰ ਪਤਾ ਹੀ ਅੱਜ ਕੱਲ੍ਹ ਗਿਆਨ ਕਿਤੇ ਵੀ ਬਹੁਤ ਸਾਰਾ ਮਿਲ ਜਾਂਦਾ, ਪਰ ਜਿਸ ਬੰਦੇ ਨੇ ਮਿਹਨਤ ਕਰਕੇ ਖੁਦ ਕਰ ਕੁਰ ਕੇ ਗਿਆਨ ਹਾਸਿਲ ਕੀਤਾ ਹੁੰਦਾ ਉਸ ਚੀਜ਼ ਬਾਰੇ ਜਿਹਨੇ ਸਾਲਾਂ ਵੱਧ ਲਾਏ ਹੁੰਦੇ, ਉਹ ਫ੍ਰੀ 'ਚ ਨਹੀਂ ਦਿੰਦਾ, ਓਬਵੀਅਸ ਹੈ, ਕਿਉਂਕਿ ਉਹਨੂੰ ਵੀ ਬਹੁਤ ਮਿਹਨਤ ਕੀਤੀ ਹੁੰਦੀ ਹੈ, ਪੈਸਾ ਖਰਚਿਆ ਹੁੰਦਾ। ਸੋ ਸਾਨੂੰ ਲੱਗਦਾ ਸਾਨੂੰ ਟ੍ਰੇਨਿੰਗਾਂ ਲੈਣੀਆਂ ਚਾਹੀਦੀਆਂ, ਜਿਹੜੇ ਵੱਡੇ ਫਾਰਮ ਹੈਗੇ ਆ, ਜਿਹੜੇ ਵੱਡੇ ਪੱਧਰ 'ਤੇ ਕਿਸਾਨ ਖੇਤੀ ਕਰ ਰਹੇ ਨੇ, ਉਹਨਾਂ ਕੋਲ ਜਾਣਾ ਚਾਹੀਦਾ, ਬੂਟੇ ਉਹਨਾਂ ਕੋਲੋਂ ਲੈਣੇ ਚਾਹੀਦੇ ਆ, ਬੂਟਿਆਂ ਦੀ ਪਹਿਲੇ ਜਾਣਕਾਰੀ ਹਾਸਿਲ ਕਰੋ ਕੀ ਚੀਜ਼ਾਂ ਹੈਗੀਆਂ ਨੇ, ਕਿਉਂਕਿ ਆਪਾਂ ਇੱਦਾਂ ਹੀ ਤੁਹਾਨੂੰ ਪਤਾ ਪੰਜਾਬੀ ਮਗਰ ਲੱਗ ਜਾਂਦਾ, ਕਿਉਂਕਿ ਆਉਣ ਵਾਲੇ ਸਾਲਾਂ ਵਿੱਚ ਸਾਡਾ ਬਹੁਤ ਹੀ, ਮੈਨੂੰ ਲੱਗਦਾ ਸਾਡੇ ਕਿਸਾਨ ਬਹੁਤ ਹੀ ਕਰੇਜ਼ ਵੱਧ ਰਿਹਾ ਡਰੈਗਨ ਫਰੂਟ ਦੀ ਖੇਤੀ ਨੂੰ, ਕਿਉਂਕਿ ਤੁਹਾਨੂੰ ਪਤਾ ਐਗਜ਼ੋਟਿਕ ਫਰੂਟ ਹੈ, ਥੋੜ੍ਹਾ ਜਿਹਾ ਸੋਹਣਾ ਆ, ਅਤੇ ਥੋੜ੍ਹਾ ਰੋਇਲ ਫਾਰਮਿੰਗ ਜਿਹਨੂੰ ਕਹਿੰਦੇ ਹੋ ਕਿ ਇੱਦਾਂ ਸ਼ਾਹੀ ਖੇਤੀ ਵਾਂਗੂ ਥੋੜ੍ਹਾ ਜਿਹਾ ਲੱਗਦਾ, ਟ੍ਰੀਟ ਹੁੰਦਾ ਥੋੜ੍ਹਾ ਜਿਹਾ, ਹੈ ਨਾ, ਅਲੱਗ ਜਿਹਾ, ਹੈ ਨਾ, ਤਾਂ ਯੂਨੀਕ ਜਿਹਾ ਲੱਗਦਾ। ਸੋ ਇਸ ਵਿੱਚ ਮੈਨੂੰ ਲੱਗਦਾ ਕਿ ਆਉਣ ਵਾਲੇ ਸਾਲਾਂ ਵਿੱਚ ਬਹੁਤ ਹੀ ਕਰੇਜ਼ ਵੱਧ ਪ੍ਰੋਡਕਸ਼ਨ ਹੋਣ ਵਾਲੀ ਹੈ, ਬਹੁਤ ਹੀ ਫਾਰਮ ਲੱਗ ਰਹੇ ਨੇ ਅਤੇ ਲੱਗਣ ਵਾਲੇ ਆ, ਬਹੁਤ ਕਿਸਾਨ ਸੋਚ ਰਹੇ ਆ। ਸੋ ਸਾਨੂੰ ਪਹਿਲਾਂ ਆਪਣੀ ਮਾਰਕੀਟਿੰਗ ਦੀ ਪ੍ਰਬੰਧ ਕਰਨਾ ਚਾਹੀਦਾ, ਤਾਂ ਜੋ ਜਦੋਂ ਸਾਡਾ ਪ੍ਰੋਡਕਸ਼ਨ ਤਿਆਰ ਹੋ ਗਿਆ, ਫਰੂਟ ਤਿਆਰ ਹੋ ਗਿਆ, ਸੋ ਉਦੋਂ ਆਪਾਂ ਉਹਨੂੰ ਵੇਚਣ ਦੇ ਯੋਗ ਹੋਈਏ, ਸਾਨੂੰ ਪਤਾ ਹੋਏ ਕਿ ਆਪਾਂ ਕਿਤੇ ਵੇਚਣਾ ਜਾਂ ਕਈ ਵਾਰੀ ਹੁਣ ਜ਼ਰੂਰੀ ਇਹ ਨਹੀਂ ਕਿ ਮੰਡੀ ਵਿੱਚ ਕਿੰਨਾ ਕੁ ਵਿਕੂਗਾ, ਕੁਇੰਟਲਾਂ ਦੇ ਹਿਸਾਬ ਨਾਲ ਤਾਂ ਵੇਚ ਨਹੀਂ ਸਕਦਾ। ਸੋ ਇਸ ਕਰਕੇ ਸਾਨੂੰ ਅਲੱਗ ਅਲੱਗ ਤੌਰ ਤਰੀਕੇ ਅਪਣਾਉਣੇ ਪੈਣਗੇ। ਔਨਲਾਈਨ ਫਾਰਮ ਦੀ ਔਨਲਾਈਨ ਪ੍ਰਚਾਰ ਕਰੋ, ਪ੍ਰਮੋਸ਼ਨ ਕਰੋ, ਲੋਕਾਂ ਨੂੰ ਖੁਦ ਜਾ ਕੇ ਦੱਸੋ ਕਿ ਆਪਾਂ ਹੈਗਾ, ਤੁਸੀਂ ਇੱਕ ਵਾਰ ਟਰਾਈ ਕਰੋ। ਸੋ ਸਾਨੂੰ ਅਨੇਕਾਂ ਹੀ ਤੌਰ ਤਰੀਕੇ ਅਪਣਾਉਣੇ ਪੈਣਗੇ, ਤਾਂ ਜੋ ਸਾਨੂੰ ਬਾਹਰੋਂ ਇੰਪੋਰਟ ਕਰਨ ਦੀ ਜਿਹੜੀ ਹੈਗੀ ਹੈ ਲੋੜ ਨਾ ਪਏ, ਸਾਡੇ ਲੋਕ ਸਾਡੇ ਕੋਲੋਂ ਹੀ ਖਰੀਦਣ। ਅਗਰ ਸਾਡੇ ਕੋਲ ਪ੍ਰੋਡਕਸ਼ਨ ਜ਼ਿਆਦਾ ਹੈ ਤਾਂ ਹੋਰ ਸਟੇਟਾਂ ਵਿੱਚ ਸਾਨੂੰ ਭੇਜਣ ਦੀ ਕਹਿੰਦੇ ਜ਼ਰੂਰਤ ਪੈ ਜਾਵੇ, ਆਪਾਂ ਦੂਜੀ ਸਟੇਟਾਂ ਵਿੱਚ ਭੇਜੀਏ, ਐਕਸਪੋਰਟ ਕਰੀਏ।
ਸੋ ਸਾਨੂੰ ਇਹ ਚੀਜ਼ਾਂ 'ਤੇ ਵੀ ਕੰਮ ਕਰਨ ਦੀ ਲੋੜ ਹੈਗੀ ਹੈ। ਅਨੇਕ ਜਦੋਂ ਕੋਈ ਵੀ ਫਾਰਮ ਲਗਾ ਰਹੇ, ਸਮਝ ਲਓ ਅੰਗੂਰਾਂ ਦਾ ਲਗਾ ਰਹੇ ਆ, ਕੇਲਿਆਂ ਦਾ ਲਗਾ ਰਹੇ, ਕੋਈ ਵੀ ਲਗਾ ਰਹੇ, ਆਪਾਂ ਸਿੱਧੇ ਨਹੀਂ ਲਗਾਉਣਾ, ਆਪਾਂ ਪਹਿਲੇ ਇਹਨਾਂ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰੀਏ, ਪਹਿਲਾਂ ਟ੍ਰੇਨਿੰਗ ਲੈ ਕੇ ਆਈਏ, ਤਾਂ ਜੋ ਸਾਨੂੰ ਬਾਅਦ 'ਚ ਨੁਕਸਾਨ ਬਹੁਤ ਹੀ ਘੱਟ ਝੱਲਣੇ ਪੈਣ। ਮੈਨੂੰ ਲੱਗਦਾ ਕਿ ਇਹ ਚੀਜ਼ਾਂ 'ਤੇ ਸਾਨੂੰ ਕੰਮ ਕਰਨਾ ਚਾਹੀਦਾ। ਹੁਣ ਕਈ ਕਿਸਾਨ ਆਉਂਦੇ ਕਿ ਮੈਂ ਵੀ ਲਾਉਣਾ ਚਾਹੁੰਦਾ ਹਾਂ, ਆਪਾਂ ਵੀ ਲਾਉਣਾ ਚਾਹੁੰਦੇ ਹਾਂ, ਪਰ ਆਪਾਂ ਤਾਂ ਚਲੋ ਠੀਕ, ਆਪਾਂ ਦੱਸ ਦਿੰਦੇ ਕਿ ਇਹ ਚੀਜ਼ਾਂ ਦੀਆਂ ਚੀਜ਼ਾਂ ਅਤੇ ਇੱਦਾਂ ਦਾ ਲਗਾ ਲਿਓ ਕੋਈ, ਫਿਰ ਬਾਅਦ ਵਿੱਚ ਜਦੋਂ ਨੁਕਸਾਨ ਝੱਲਣੇ ਪੈਂਦੇ ਨਾ ਸਾਨੂੰ, ਕਿਉਂਕਿ ਇਸ ਵਾਰ ਤੁਸੀਂ ਦੇਖਿਆ ਹੋਊਗਾ ਇਸ ਵਾਰ ਜਿਹੜੀ ਸਰਦੀਆਂ ਵਿੱਚ ਜਿਹੜਾ ਨੁਕਸਾਨ ਹੋਇਆ ਹੈ ਡਰੈਗਨ ਫਰੂਟ ਦੇ ਬੂਟਿਆਂ ਨੂੰ, ਉਹ ਪਿਛਲੇ ਵਾਰ ਕੁਝ ਸਾਲਾਂ ਨਾਲੋਂ ਬਹੁਤ ਜ਼ਿਆਦਾ ਹੋਇਆ। ਇਸ ਵਾਰ ਅਟੈਕ ਫੰਗਸ ਦਾ ਇੰਨਾ ਜ਼ਿਆਦਾ ਹੋ ਗਿਆ, ਅਚਾਨਕ ਇੱਦਾਂ ਵੱਧ ਗਿਆ ਕਿ ਕਈਆਂ ਦੇ ਤਾਂ ਪੂਰੇ ਫਾਰਮ ਪੂਰੇ ਪੂਰੀਆਂ ਕਈਆਂ ਦੇ ਜਿਹੜੀਆਂ ਬ੍ਰਾਂਚਿਸ ਹੈਗੀਆਂ ਟਾਹਣੀਆਂ ਹੈਗੀਆਂ ਬਹੁਤ ਗਲ ਗਈਆਂ, ਸੜ ਗਈਆਂ, ਉਹ ਪੂਰਾ ਪੂਰਾ ਪਲਾਂਟ ਕੱਟਣਾ ਪੈ ਗਿਆ। ਕਿਉਂ? ਕਿਉਂਕਿ ਸਾਨੂੰ ਉਸ ਬਾਰੇ ਜਾਣਕਾਰੀ ਨਹੀਂ ਰਹੀ, ਸਾਨੂੰ ਕਹਿੰਦੇ ਸਪਰੇਆਂ ਬਾਰੇ ਨਹੀਂ ਪਤਾ, ਕਿਸ ਚੀਜ਼ ਬਾਰੇ ਸਪਰੇਅ ਕਰਨੀ, ਕਦੋਂ ਕਰਨੀ ਚਾਹੀਦੀ ਹੈ, ਸੋ ਉਹ ਚੀਜ਼ਾਂ 'ਤੇ ਵੀ ਧਿਆਨ ਦੇਣਾ ਚਾਹੀਦਾ ਸਾਨੂੰ। ਬਾਕੀ ਹੋਰ ਕਿਸੇ ਨੂੰ ਅਗਰ ਸੁਝਾਅ ਦੇਣਾ ਚਾਹੁੰਦਾ ਕੋਈ, ਮੈਨੂੰ ਵੀ, ਕਿਉਂਕਿ ਆਪਾਂ ਵੀ ਥੋੜ੍ਹਾ ਬਹੁਤ ਕਰ ਰਹੇ, ਹਰ ਕੋਈ ਨੂੰ ਥੋੜ੍ਹੀ ਥੋੜ੍ਹੀ ਨੌਲੇਜ ਹੁੰਦੀ ਹੈ, ਸੋ ਅਗਰ ਕੋਈ ਸੁਝਾਅ ਦੇਣਾ ਚਾਹੁੰਦਾ ਜਾਂ ਕੁਝ ਪੁੱਛਣਾ ਚਾਹੁੰਦਾ, ਤੁਸੀਂ ਕਮੈਂਟ ਸੈਕਸ਼ਨ ਵਿੱਚ ਦੱਸ ਸਕਦੇ ਹੋ। ਬਾਕੀ ਆਪਾਂ ਅਗਰ ਕੋਈ ਹੋਰ ਚੀਜ਼ ਹੈਗੀ ਹੈ ਤਾਂ ਆਪਾਂ ਉਸ 'ਤੇ ਵੀਡੀਓ ਬਣਾਵਾਂਗੇ। ਅਗਰ ਪਲੀਜ਼ ਸਬਸਕ੍ਰਾਈਬ ਕਰ ਲਿਓ ਅਗਰ ਨਹੀਂ ਕੀਤਾ ਤੁਸੀਂ ਚੈਨਲ, ਅਤੇ ਸ਼ੇਅਰ ਕਰ ਦਿਓ ਜਿਸਨੂੰ ਵੀ ਵੀਡੀਓ ਜ਼ਰੂਰਤ ਹੈਗੀ ਹੈ। ਤਾਂ ਨੁਕਸਾਨਾਂ ਤੋਂ ਬਚਣ ਲਈ ਸਾਨੂੰ ਪਹਿਲਾਂ ਪੂਰੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਨੀ ਚਾਹੀਦੀ ਹੈ। ਸੋ ਧੰਨਵਾਦ, ਥੈਂਕ ਯੂ।